ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਕੁਲਵੀਰ ਸਿੰਘ ਮੁਸ਼ਕਾਬਾਦ ਅੱਜ ਪਹੁੰਚਿਆ ਬੰਬੇ ਦੀ ਉਸ ਧਰਤੀ ਤੇ ਜਿੱਥੇ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਆਪਣੀ ਕਿਰਤ ਲਈ ਰੋਜ਼ਗਾਰ ਲਈ ਇੱਥੇ ਵੀ ਆਏ ਨੇ, ਇੱਥੇ ਵੀ ਆ ਕੇ ਵਸੇ ਨੇ। ਸੋ ਇੱਥੇ ਜਿੱਥੇ ਸਾਡੇ ਦੂਸਰੇ ਵੀਰ ਟਰੱਕਾਂ ਦੇ ਜਾਂ ਹੋਰ ਕਾਰੋਬਾਰ ਕਰਦੇ ਨੇ, ਉਵੇਂ ਹੀ ਇੱਕ ਫਿਲਮ ਇੰਡਸਟਰੀ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਭਰਾ ਨੇ ਜਿਹੜੇ ਉਹ ਕੰਮ ਕਰਦੇ ਨੇ। ਉਹਨਾਂ ਦੇ ਵਿੱਚੋਂ ਸਭ ਤੋਂ ਪ੍ਰਸਿੱਧ, ਜ਼ਿਆਦਾ ਨਾਮ ਖੱਟਿਆ, ਜ਼ਿਆਦਾ ਕਮਾਈ ਕੀਤੀ ਪੰਜਾਬੀਆਂ ਦੇ ਸਿਰ 'ਤੇ ਪੰਜਾਬੀਆਂ ਦੇ ਨਾਮ ਯੂਜ ਕਰਕੇ, ਉਹ ਸੀਗਾ ਧਰਵਿੰਦਰ ਪਰਿਵਾਰ, ਜਿਹ ਤੋਂ ਸਾਨੂੰ ਬੜੀਆਂ ਆਸਾਂ ਸੀ, ਉਮੀਦਾਂ ਸੀਗੀਆਂ। ਜੇ ਉਹ ਇਕੱਲਾ ਐਕਟਰ ਹੀ ਹੁੰਦਾ ਤਾਂ ਵੀ ਕੋਈ ਰੌਲਾ ਨਹੀਂ ਸੀ, ਮਗਰ ਸਨੀ ਦਿਓਲ ਨੂੰ ਅਸੀਂ ਐਜ਼ ਏ ਬਤੌਰ ਐਮ ਪੀ ਗੁਰਦਾਸਪੁਰ ਤੋਂ ਜਿਤਾਇਆ, ਜਿਹਦੇ ਉੱਤੇ ਸਾਨੂੰ ਆਸ ਸੀਗੀ ਕਿ ਜਦੋਂ ਵੀ ਪੰਜਾਬੀਆਂ ਨੂੰ ਲੋੜ ਪਊਗੀ, ਸਾਡੀ ਗੱਲ ਕਰਨ ਦੀ ਲੋੜ ਪਊਗੀ ਤਾਂ ਉਹ ਸਾਡੀ ਗੱਲ ਕਰੂਗਾ, ਕਿਉਂਕਿ ਅਸੀਂ ਉਹਨਾਂ 'ਤੇ ਮਾਣ ਇੰਨਾ ਕਰਦੇ ਸੀਗੇ। ਪਰ ਉਹਨਾਂ ਨੇ ਸਾਡਾ ਮਾਣ ਨਹੀਂ ਰੱਖਿਆ, ਸਗੋਂ ਮਾਣ ਤੋੜਿਆ। ਜਦੋਂ ਉਹਨਾਂ ਨੇ ਮਾਣ ਤੋੜਿਆ ਤਾਂ ਅਸੀਂ ਉਹਨਾਂ ਨੂੰ ਲਾਹਨਤਾਂ ਵੀ ਪਾਈਆਂ ਨੇ, ਵਾਰ ਵਾਰ ਜਾ ਕੇ ਉਹਨਾਂ ਨੂੰ ਬੇਨਤੀਆਂ ਵੀ ਕਰੀਆਂ ਨੇ ਕਿ ਆਪਣੇ ਭਾਈਚਾਰੇ ਦੇ ਨਾਲ ਜਾ ਕੇ ਖੜ, ਪਰ ਉਹ ਖੜਿਆ ਨਹੀਂ। ਸਾਲ ਅੰਦੋਲਨ ਦੇ ਵਿੱਚ ਚੁੱਪੀ ਵੱਟੀ ਰੱਖੀ ਆ, ਅਸੀਂ ਸਾਰੇ ਜਾਣੇ ਉਹਨਾਂ ਦਾ ਬਾਈਕਾਟ ਕੀਤਾ, ਜਲੂਸ ਕੱਢਿਆ, ਬਹੁਤ ਕੁਛ ਕੀਤਾ। ਪਰ ਅੱਜ ਵੀ ਜਦੋਂ ਅਸੀਂ ਅੰਦੋਲਨ ਜਿੱਤ ਗਏ, ਜਦੋਂ ਸਾਡੇ ਅੰਦੋਲਨ ਦੀ ਵਾਪਸੀ ਹੋ ਗਈ, ਮੋਦੀ ਵਰਗਿਆਂ ਨੂੰ ਅਸੀਂ ਝੁਕਾਤਾ, ਅਸੀਂ ਇੱਕ ਵਾਰੀ ਫਿਰ ਮਨ ਬਣਾਇਆ ਕਿ ਉਹਨਾਂ ਦੇ ਪਰਿਵਾਰ 'ਚ ਜਾ ਕੇ ਉਹਨੂੰ ਕਹੀਏ ਕਿ ਤੂੰ ਅੱਜ ਵੀ ਆਪਣੇ ਭਰਾਵਾਂ ਦੇ ਵਿੱਚ ਆ ਕੇ ਆਪਣੀ ਮਾਫ਼ੀ ਮੰਗ ਅਤੇ ਆਪਣੇ ਭਰਾਵਾਂ ਨੂੰ ਦੱਸ ਕਿ ਅਸੀਂ ਅੰਦੋਲਨ ਦੇ ਨਾਲ ਹਾਂ ਅਤੇ ਮੈਂ ਬਾਕੀ ਜਿਹੜੀਆਂ ਚੀਜ਼ਾਂ ਤੁਹਾਡੀਆਂ ਨਹੀਂ ਮਨਜ਼ੂਰ ਹੈਗੀਆਂ ਉਹਦੀ ਮੂਹਰੇ ਲੱਗ ਕੇ ਤੁਹਾਡੀਆਂ ਮਨਜ਼ੂਰ ਕਰਾਉਣਾ। ਜਿਹੜੀਆਂ ਸ਼ਰਤਾਂ ਸਰਕਾਰ ਨਹੀਂ ਮੰਨੂਗੀ ਉਹਦੀ ਗਰੰਟੀ ਮੈਂ ਚੱਕਦਾ ਐਜ਼ ਏ ਐਮ ਪੀ, ਜੇ ਨਹੀਂ ਪੂਰੀ ਕਰੂੰਗਾ ਤਾਂ ਮੈਂ ਅਸਤੀਫਾ ਦਊਂਗਾ। ਅੱਜ ਵੀ ਤੂੰ ਇੱਦਾਂ ਦਾ ਕੁਛ ਕਰਕੇ ਆਪਣਾ ਜਿਹੜਾ ਖੋਇਆ ਹੋਇਆ ਮਾਣ ਸਤਿਕਾਰ ਸੀ ਉਹ ਹਾਸਲ ਕਰ ਸਕਦਾ। ਇਸ ਕਰਕੇ ਜਿੰਨੇ ਵੀ ਉਰੇ ਮੁੰਬਈ ਦੇ ਵਿੱਚ ਵਧੀਆ ਕਾਰੋਬਾਰ ਕੰਮ ਕਰਨ ਵਾਲੇ ਸਾਡੇ ਕਿਸਾਨ ਵੀਰ ਅਤੇ ਜਿਹੜੇ ਬੰਬੇ ਦੇ ਵਿੱਚ ਹੋਰ ਵੀ ਕਾਰੋਬਾਰ ਕਰਦੇ ਨੇ, ਸਾਰਿਆਂ ਦਾ ਮਨ ਬਣਿਆ ਕਹਿੰਦੇ ਕੁਲਵੀਰ ਜੀ ਆਪਾਂ ਉਹਨਾਂ ਦੇ ਘਰੇ ਜ਼ਰੂਰ ਜਾਣਾ। ਅਸੀਂ ਹੁਣ ਸਾਰੇ ਉਹਨਾਂ ਦੇ ਘਰੇ ਜਾਵਾਂਗੇ, ਆਹੀ ਗੱਲ ਕਰ ਲਈ ਕਿ ਤੂੰ ਆ ਭਰਾ ਸਾਡੇ ਨਾਲ ਜਾਣ, ਬਾਕੀ ਸਾਰਾ ਕੁਛ ਤੁਹਾਨੂੰ ਉਹਨਾਂ ਦੇ ਗੇਟ ਦੇ ਉੱਤੋਂ ਸਾਰੀ ਪ੍ਰੋਗਰਾਮ ਦਿਖਾਵਾਂਗੇ। ਸਰਪੰਚ ਜੀ ਮਿਲਣੇ, ਸਨੀ ਜੀ ਕੋਈ ਵੀ ਨਹੀਂ ਹੈ, ਉਹਨੂੰ ਬੋਲੋਗੇ ਕਿਸਾਨ ਆਏ ਹੈ, ਕਿਸਾਨ ਅੰਦੋਲਨ ਸੇ ਆਏ ਹੈ, ਸਭੀ ਮਿਲਣੇ ਨਹੀਂ ਆਏ। ਚਲੋ ਜੀ, ਸਤਿ ਸ਼੍ਰੀ ਅਕਾਲ ਜੀ, ਆ ਜਾਓ ਸਾਰੇ ਉੱਧਰ ਜਾਂਦੇ ਕੀ ਕਹਿੰਦੇ ਹੈ ਨਹੀਂ ਘਰੇ ਨਾ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਕੁਲਵੀਰ ਸਿੰਘ ਮੁਸ਼ਕਾਬਾਦ ਅਤੇ ਅੱਜ ਫਿਰ ਆਪਾਂ ਖੜ੍ਹੇ ਹਾਂ ਧਰਵਿੰਦਰ ਦੇ ਘਰ ਦੇ ਮੂਹਰੇ। ਸਨੀ ਦਿਓਲ, ਬੋਬੀ ਦਿਓਲ, ਅਵੇ ਦਿਓਲ ਅਤੇ ਨਾਲ ਕਰਨ ਦਿਓਲ, ਇਹ ਸਾਰੇ ਹੀ ਜਾਣੇ ਉਹ ਨੇ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਜਿਹੜੇ ਪੰਜਾਬ ਨਾਲ ਰਿਲੇਟਡ ਨੇ ਅਤੇ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਡੇ ਨਾਮ ਆ। ਅਤੇ ਇਹਨਾਂ ਦਾ ਵੱਡਾ ਨਾਮ ਕਿਵੇਂ ਹੋਇਆ? ਕਿਉਂਕਿ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਬੜੀ ਸਪੋਰਟ ਕੀਤੀ, ਸਹਿਯੋਗ ਕੀਤਾ ਅਤੇ ਇਹਨਾਂ ਦਾ ਨਾਮ ਵੱਡਾ ਹੋਇਆ, ਦੁਨੀਆਂ 'ਚ ਇਹਨਾਂ ਦਾ ਨਾਮ ਚਮਕਿਆ। ਭਾਵੇਂ ਕਿ ਜਿੰਨਾ ਚਿਰ ਇਹ ਪੰਜਾਬੀ ਨਾਮ ਨਾਲ, ਪੰਜਾਬੀ ਪੁੱਤਰ ਦੇ ਨਾਮ ਨਾਲ ਇਹ ਮਸ਼ਹੂਰ ਰਹੇ ਨੇ। ਸੋ ਅੱਜ ਅਸੀਂ ਸਾਰੇ ਜਣੇ ਕਿਸਾਨ ਭਰਾ ਜਿੰਨੇ ਵੀ ਹਾਂ ਅਸੀਂ ਆਏ ਅੱਜ ਮਿਲਣ ਅਤੇ ਜਾਣਕਾਰੀ ਇਹਨਾਂ ਨਾਲ। ਕੋਈ ਗੱਲ ਨਹੀਂ, ਗੇਟ ਤੋਂ ਅਸੀਂ ਪੰਜਾਬੀ ਹਾਂ ਜੀ। ਅਸੀਂ ਇੱਥੇ ਪਹੁੰਚੇ, ਬਹੁਤ ਪਿਆਰ ਦਿੱਤਾ ਅਸੀਂ ਪੰਜਾਬੀਆਂ ਨੇ। ਅੱਜ ਦੇਖੋ ਕਿੰਨੇ ਪੰਜਾਬੀ ਮੇਰੇ ਨਾਲ ਆਏ ਨੇ, ਪਹਿਲਾਂ ਮੈਂ ਇਕੱਲਾ ਆਇਆ ਸੀ, ਅੱਜ ਬਹੁਤ ਸਾਰੇ ਆਏ ਨੇ। ਇਹ ਗੱਲ ਕਰਨ ਲਈ ਕਿ ਹਜ਼ਾਰਾਂ ਵਾ ਇੱਕ ਸਾਲ ਅੰਦੋਲਨ ਚੱਲਿਆ ਅਤੇ ਕਿੰਨਿਆਂ ਕੁਛ ਝੱਲਿਆ ਅਸੀਂ, ਜੇ ਤੂੰ ਨਹੀਂ ਸਪੋਰਟ ਕਰੀ ਫਿਰ ਕਿਹੜਾ ਅਸੀਂ ਹਾਰ ਗਏ, ਫਿਰ ਕਿਹੜਾ ਅਸੀਂ ਨਹੀਂ ਜਿੱਤੇ ਹੈਗੇ। ਇਸ ਕਰਕੇ ਤੁਹਾਨੂੰ ਇਹਨਾਂ ਨੂੰ ਇਹ ਚੇਤਾਵਨੀ ਦੇਣਾ ਆਏ ਸੀ, ਅਸੀਂ ਗੱਲ ਕਰਨ ਆਏ ਸੀਗੇ ਕਿ ਦੇਖੋ ਪੰਜਾਬੀ ਹਾਂ ਅਸੀਂ, ਤੈਨੂੰ ਵੀ ਪਿਆਰ ਦਿੱਤਾ, ਤੈਨੂੰ ਵੀ ਅਸੀਂ ਬਾਦਸ਼ਾਹ ਬਣਾ ਤਾ, ਸਿਰ ਚੜ੍ਹਾਇਆ, ਤੈਨੂੰ ਉੱਪਰ ਤੱਕ ਲੈ ਕੇ ਗਏ।
ਤੇ ਅੱਜ ਅਸੀਂ ਤੈਨੂੰ ਤੇਰੇ ਤੇ ਥੁੱਕਣ ਵੀ ਆਇਆ, ਅਸੀਂ ਤੈਨੂੰ ਲਾੜਦਾ ਵੀ ਪਾਉਣ ਆਇਆ ਕਿ ਤੇਰੇ ਕਰਕੇ ਆ ਅੱਜ ਜਿੱਤ ਕੇ ਅਸੀਂ ਥਾਪੀਆਂ ਮਾਰਦੇ ਅੱਜ ਤੇਰੇ ਗੇਟ ਦੇ ਮੂਹਰੇ ਅਤੇ ਇਹ ਗੱਲ ਕਰ ਰਹੇ ਹਾਂ ਠੋਕ ਵਜਾ ਕੇ, ਕਿਉਂਕਿ ਸਾਡੀ ਵੀਡੀਓ ਤੇਰੇ ਤੱਕ ਪਹੁੰਚੂਗੀ। ਤੈਨੂੰ ਅਸੀਂ ਪੰਜਾਬੀ ਬਾਈਕਾਟ ਕਰਦੇ ਹਾਂ ਤੇਰੇ ਨਾਲ, ਤੇਰੇ ਤੂੰ ਜਿੱਤ ਕੇ ਅਸੀਂ ਘਰਾਂ ਨੂੰ ਮੁੜ ਜਾਣਾ, ਅੰਦੋਲਨ ਹੁਣ ਖਤਮ ਹੋ ਜਾਣਾ ਥੋੜ੍ਹੇ ਦਿਨਾਂ ਤੱਕ ਜਦੋਂ ਸੈਸ਼ਨ 'ਚ ਪਾਸ ਹੋ ਗਿਆ। ਸਾਰੀ ਉਮਰ ਪੰਜਾਬ 'ਚ ਨਹੀਂ ਵੜ ਸਕਦੇ, ਸਾਰੀ ਉਮਰ ਅੰਦ ਪੰਜਾਬੀਆਂ ਦੇ ਮੂੰਹੋਂ ਲੈ ਗਏ। ਤੁਸੀਂ ਜੇ ਸਪੋਰਟ ਨਹੀਂ ਕਰੇ ਫਿਰ ਕਿਹੜਾ ਅਸੀਂ ਹਾਰ ਗਏ ਹਾਂ, ਜਿੱਤੇ ਹਾਂ ਅਸੀਂ। ਅੱਜ ਤੁਹਾਡੇ ਨਾਲ ਇਹੀ ਗੱਲ ਕਰਨ ਆਏ ਸੀਗੇ ਵੀ ਜੇ ਤੂੰ ਸਾਥ ਦੇ ਦਿੰਦਾ ਸਾਡਾ ਤਾਂ ਸਾਡੇ ਭਾਈਆਂ ਨਾਲ ਖੜਾ ਹੋ ਜਾਂਦਾ, ਕੀ ਫਰਕ ਪੈ ਜਾਣਾ ਸੀ ਤੈਨੂੰ। ਪਰ ਅੱਜ ਜਦੋਂ ਤੂੰ ਆਪਣੇ ਭਰਾਵਾਂ ਦੇ ਨਾਲ ਨਹੀਂ ਖੜੇ ਆ, ਆਪਣੇ ਸਾਥੀਆਂ ਦੇ ਨਾਲ ਨਹੀਂ ਖੜੇ ਆ, ਅੱਜ ਉਹਨਾਂ ਪੰਜਾਬੀਆਂ ਨਾਲ ਨਹੀਂ ਖੜਿਆ ਜਿਨ੍ਹਾਂ ਨੇ ਤੈਨੂੰ ਬਹੁਤ ਪਿਆਰ ਦਿੱਤਾ ਸੀ, ਅਤੇ ਤੂੰ ਮਿੱਟੀ ਹੋਇਆ, ਹੋਰ ਕੁਛ ਨਹੀਂ ਹੋਇਆ, ਤੁਸੀਂ ਆਪਣੇ ਪਰਿਵਾਰ ਨੂੰ ਮਿੱਟੀ ਕਰ ਲਿਆ। ਜਦੋਂ ਵੀ ਤੁਸੀਂ ਫਿਲਮਾਂ ਬਣਾਇਆ ਕਰਾਂਗੇ ਪੰਜਾਬ 'ਚ, ਅਸੀਂ ਬਾਈਕਾਟ ਕਰਿਆ ਕਰਾਂਗੇ, ਅਸੀਂ ਤੁਹਾਡੀਆਂ ਫਿਲਮਾਂ ਨਹੀਂ ਦੇਖਿਆ ਕਰਾਂਗੇ ਔਰ ਫਿਲਮਾਂ ਦੀ ਸ਼ੂਟਿੰਗਾਂ ਨਹੀਂ ਹੋਣ ਦਿਆ ਕਰਾਂਗੇ। ਇਹ ਚੈਲੇਂਜ ਆ, ਆਪਾਂ ਇੱਕ ਨਾਰਾ ਮਾਰਦੇ ਹਾਂ, ਕਿਸਾਨ ਮਜ਼ਦੂਰ ਕਲਾਕਾਰ ਕਰਾ ਕੇ ਏਕਤਾ।